ਗੁਰਦਾਸਪੁਰ ਦੇ ਕਾਦਰੀ ਮੁਹੱਲੇ ਨੇੜੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਸੀਤਾ ਰਾਮ ਪੈਟਰੋਲ ਪੰਪ ਦੇ ਸਾਹਮਣੇ ਇੱਕ ਪਾਲਕੀ ਪਲਾਈਵੁੱਡ ਦੀ ਦੁਕਾਨ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਨੇ ਇੰਨਾ ਵਿਸ਼ਾਲ ਰੂਪ ਧਾਰਨ ਕਰ ਲਿਆ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ਜ਼ਿਆਦਾ ਭਿਆਨਕ ਹੋਣ ਕਰਕੇ ਦਮਕਲ ਵਿਭਾਗ ਦੀਆਂ 5 ਦੇ ਕਰੀਬ ਗੱਡੀਆਂ ਨੇ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਇਸ ਅੱਗ 'ਤੇ ਕੰਟਰੋਲ ਪਾਇਆ। ਇਹ ਅੱਗ ਲੱਗੀ ਹੈ ਸਵੇਰੇ 6 ਵਜੇ, ਸਾਨੂੰ ਪਿੰਡ ਫੋਨ ਆਇਆ ਜੀ, ਅਤੇ ਜਦੋਂ ਵਾਪਸ ਇੱਥੇ ਆਏ ਤਾਂ ਜਦੋਂ ਹੁੰਦਾ ਸਾਰੀ ਅੱਗ ਹੁੰਦਾ ਮੱਚੀ ਹੋਈ ਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਘੱਟ ਘੱਟ ਵੀ 90 ਲੱਖ ਕਰੋੜ ਦੇ ਲੱਗ ਸਕਦਾ ਹੋਇਆ ਜੀ। 25 ਲੱਖ ਦੀ ਫਿਟਿੰਗ ਕਰਾਈ, 12-18 ਮਹੀਨੇ ਨਹੀਂ ਹੋਏ ਜੀ। ਕਿੰਨੀ ਮੰਜ਼ਿਲੀ ਬਿਲਡਿੰਗ? 3 ਮੰਜ਼ਿਲੀ ਬਿਲਡਿੰਗ ਜੀ। ਕਿੰਨਾ ਨੁਕਸਾਨ ਹੋਇਆ? ਹਾਂਜੀ ਹਾਂਜੀ, ਕਰੋੜ ਤੋਂ ਤਾਂ ਜੀ। ਮੈਨੂੰ ਕੋਈ 6 ਵਜੇ ਫੋਨ ਗਿਆ ਤਰਸੇਮ ਦਾ, ਅਤੇ ਮੈਂ ਪਿੰਡ ਪੜ੍ਹੇ ਸੀ, ਅਤੇ ਮੈਂ ਉਸ ਉੱਤੇ ਆਇਆ, ਹੁੰਦਿਆਂ ਨੂੰ ਲੱਗੀਆਂ ਗੱਡੀਆਂ ਅੱਗ ਬੁਝਾਉਣ ਡੇ ਸੀ, ਅਤੇ ਇਹ ਕੋਈ ਅੱਗ ਤਕਰੀਬਨ ਪਤਾ ਲੱਗਾ ਵੀ 5:30-6 ਦੇ ਕਰੀਬ ਲੱਗੀ ਆ। ਇਹ ਜਸਵੰਤ ਸਿੰਘ ਪਿੰਡ ਕੋਟਲੀ ਸ਼ਾਹਪੁਰ ਤੋਂ ਆ, ਇਹ ਆਪ ਵਿਚਾਰਾ ਪਿੰਡ ਸੀ, ਅਤੇ ਨੁਕਸਾਨ ਬਹੁਤ ਹੋਇਆ, ਲਗਭਗ 1 ਕਰੋੜ ਰੁਪਏ ਦਾ ਨੁਕਸਾਨ ਆ। ਇਹਦੇ 'ਚ ਬੜਾ ਕੀਮਤੀ ਸਮਾਨ ਸੀ ਜਿਹੜਾ, ਇਹਦਾ ਸਾਰਾ ਪੇਂਟ ਪਾਂਟ ਜੋ ਵੀ ਹੈਂਡਲ ਹੁੰਡਲ ਸਾਰਾ ਸੜ ਕੇ ਸਵਾਹ ਹੋ ਗਿਆ ਵਾ, ਅਤੇ ਬੜਾ ਭਾਰੀ ਨੁਕਸਾਨ ਹੋਇਆ ਇਹਦਾ। ਇਸ ਕਰਕੇ ਮੌਕੇ 'ਤੇ ਪਹੁੰਚ ਕੇ ਜਿਹੜੀਆਂ ਸਾਰੀਆਂ ਗੱਡੀਆਂ ਜਿਹੜੀ ਇੱਕ ਬਟਾਲਿਓ ਆਈ ਆ, ਸਾਰਾ ਇਹਨਾਂ ਆਣ ਕੇ ਬੜਾ ਅਰੇਂਜਮੈਂਟ ਕੀਤਾ, ਅਤੇ ਪਾਣੀ ਦਾ ਜਿਹੜਾ ਪ੍ਰਬੰਧ ਕਰਕੇ ਸਾਰਾ ਅੱਗ ਜਿਹੜੀ ਆ ਬੁਝ ਗਈ ਉਹ ਲਗਭਗ, ਲੇਕਿਨ ਸਮਾਨ ਸਾਰਾ ਸੜ ਗਿਆ। ਗੱਡੀਆਂ 4 ਆਈਆਂ ਜੀ, 2 ਵੱਡੀਆਂ ਅਤੇ 2 ਛੋਟੀਆਂ, ਇੱਕ ਗੱਡੀ ਬਟਾਲੇ ਗਈ ਉਹ ਵੀ ਮੰਗਾ ਲਈ, ਅਤੇ ਮੌਕੇ 'ਤੇ ਆਣ ਕੇ ਸਾਰਾ ਵੇਖਿਆ ਵਾ। ਉਨ੍ਹਾਂ ਚਿਰ ਮੈਂ ਉਦੋਂ ਦਾ ਇੱਥੇ ਹਾਂ, ਅਤੇ ਸੇਮ ਹੀ ਇੱਥੇ ਆ, ਸਾਰੇ ਅਸੀਂ ਆਏ ਹਾਂ, ਆਣ ਕੇ ਗੱਡੀਆਂ ਸਾਰਾ ਮੁਲਾਜ਼ਮ ਇੱਥੇ ਆਣ ਕੇ ਬਹਿ ਗਏ ਸੀ, ਅਤੇ ਬੜੇ ਜ਼ੋਰ ਨਾਲ ਆ ਕੇ ਜਿਹੜੀ ਇਹ ਬੁਝਾਈ ਆ, ਲੇਕਿਨ ਬਾਅਦ ਇਹਦਾ ਨੁਕਸਾਨ ਜਿਹੜਾ ਬਹੁਤ ਹੋਇਆ ਵਾ, ਲਗਭਗ 1 ਕਰੋੜ ਰੁਪਏ ਦਾ ਨੁਕਸਾਨ।